ਜਿਹੜਾ ओरਲ ਕੈਂਸਰ ਆ ਇੱਕ ਹਿਡਨ ਕਹ ਲਓ ਤੁਸੀਂ ਵੀ ਸਾਇਲੈਂਟ ਬਿਮਾਰੀ ਆ ਜਿਹਦਾ ਆਪਾਂ ਨੂੰ ਪਤਾ ਨਹੀਂ ਚੱਲਦਾ अर्ਲੀ ਔਨ ਉਹ ਆਪਾਂ ਜਿਹੜਾ ਸਕਰੀਨਿੰਗ ਕਰਦੇ ਆ ਸਕਰੀਨਿੰਗ ਦੇ ਵਿੱਚ ਤੁਹਾਨੂੰ अर्ਲੀ ਸਿੰਪਟਮਸ ਤੋਂ ਪਤਾ ਲੱਗ ਜਾਂਦਾ ਕਿ देयर इज ਅੰਡਰਲਾਈਂਗ ਕੋਈ ਇਸ਼ੂ ਹੈਗਾ ਕਹਿੰਦੇ ਹਨ ਦੰਦ ਗਏ ਸਵਾਦ ਗਿਆ ਪਰ ਫਿਰ ਵੀ ਅਸੀਂ ਦੰਦਾਂ ਦੀ ਦੇਖਭਾਲ ਨੂੰ ਉਨੀ ਤਰਜੀਹ ਨਹੀਂ ਦਿੰਦੇ ਅਤੇ ਸਮੇਂ ਸਿਰ ਦੰਦਾਂ ਦਾ ਚੈੱਕਅਪ ਨਾ ਕਰਵਾਉਣਾ ਮੂੰਹ ਦੇ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ ਤੁਹਾਡੇ ਮੂੰਹ ਚ ਅਲਸਰ ਹੈ ਕਿ ਸੇਟਰਾਂ ਦੇ ਕੋਈ ਕਲੋਟਸਿੰਗ ਸ਼ਾਲਾ ਬਣ ਗਿਆ ਤੇ ਉਹ ਖੀਲ ਨਹੀਂ ਹੋ ਰਿਹਾ ਲੌਂਗ ਟਰਮ ਤੋਂ that means there is something is going on ਦੂਸਰਾ ਹੈ ਕਿ ਤਾਂ ਜਿਹੜਾ ਜਬਾੜਾ ਨਹੀਂ ਖੁੱਲਦਾ ਮੂੰਹ ਚ ਸਮੈਲ ਆਉਂਦੀ ਆ ਬਲੀਡਿੰਗ ਹੋ ਰਹੀ ਆ ਰੈਡ ਪੈਚ ਹੈ ਫੇਜ ਜੇ ਆਪਾਂ ਤਮਾਕੂ ਦਾ ਸੇਵਨ ਕਰਦੇ ਆਂ ਬੀਟਲ ਨਟ ਚੂਇੰਗ ਲਾਈਕ ਮੂੰਹ ਚ ਰੱਖਦੇ ਹੈਗੇ ਆ ਰਾਈਟ ਅਲਕੋਹਲ ਦਾ ਐਕਸੈਸਿਵ ਤੁਸੀਂ ਕੰਜ਼ਮਪਸ਼ਨ ਕਰਦੇ ਹੈਗੇ ਆ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਕੰਟ੍ਰਿਬਿਊਟ ਕਰਦੀਆਂ ਨੇ ਫੂਡਸ ਵਗੈਰਾ ਜਿਹੜੇ ਆ ਇਸ ਤੋਂ ਬਨਾ ਜਿਹੜੇ ਪੰਜ ਸਮਾਲ ਫੂਡਸ ਨੇ ਕਾਫੀ ਹੋਗੀ ਵਾਈਨ ਲਾਈਕ ਕਿਸੇ ਤਰ੍ਹਾਂ ਦੇ ਯੂਰੋ ਐਸਿਡਿਕ ਫੂਡ ਜਿਹੜੇ ਨੇ ਉਹ ਸਾਰੇ ਹੀ ਜਿਹੜੇ ਨੇ ਉਹ ਕੌਜ਼ ਕਰਦੇ ਨੇ ਪਰ ਕਈ ਸਟਡੀਸ ਵਿੱਚ ਇਹ ਵੀ ਪਾਇਆ ਗਿਆ ਕਿ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਨੇ ਸਾਡੇ ਬੋਡੀ ਦੇ ਵਿੱਚ ਹੋਈਆਂ ਇੱਕ 12 ਸਾਲ ਦੇ ਬੱਚੇ ਨੂੰ ਰੋਲ ਕੈਂਸਰ ਹੋਇਆ ਹੁਣ ਕਿਸੇ ਤਰ੍ਹਾਂ ਦਾ ਕੋਈ ਫੂਡ ਦਾ ਉਹਦਾ ਇੰਪੈਕਟ ਨਹੀਂ ਹੈ ਸੋ ਜੈਨੇਟਿਕਸ ਵੀ ਰੋਲ ਪਲੇ ਕਰਦਾ ਡਾਕਟਰ ਹਰਵਿੰਦ ਤੰਜੂ ਅਨਸਾਰ ਆਪਣੇ ਭਾਈਚਾਰੇ ਦੇ ਲੋਕਾਂ ਤੇ ਕੀਤੀ ਇੱਕ ਕੈਨੇਡੀਅਨ ਸਟੱਡੀ ਦਰਸਾਉਂਦੀ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਇਹ ਅਲਾਮਤ ਹੁਣ ਕਿਤੇ ਜ਼ਿਆਦਾ ਵੱਧ ਰਹੀ ਹੈ ਕਿ ਉਹਨਾਂ ਨੇ ਇਸ ਲਈ ਸਟੱਡੀ ਕੀਤੀ ਸੀ ਕਿ 33% ਜਿਹੜੇ ਹਨ ਆਪਣੇ ਕਮਿਊਨਿਟੀ ਦੇ ਵਿੱਚ ਪ੍ਰੈਵਲੈਂਸ ਜ਼ਿਆਦਾ ਹੈ ओरਲ ਕੈਂਸਰ ਦੀ ਆਪਣਾ ਲਾਈਫਸਟਾਈਲ ਫੂਡ ਕੰਜ਼ਮਪਸ਼ਨ ਉਹ ਸਾਰੀਆਂ ਚੀਜ਼ਾਂ ਕੰਟ੍ਰਿਬਿਊਟ ਕਰਦੀਆਂ ਪਲੱਸ ਆਪਣੀ ਰੇਸ origin ਉਹਨੇ ਇਹ ਕਹਾਲੂ ਵੀ ਪਹਿਲਾਂ ਹਾਈਜੀਨ ਜਿਹੜੀ ਸੀ ਬੜੀ ਆਪਣੇ ਨੇਚਰਲ ਜਿਵੇਂ ਨਿੰਮ ਦੀ ਦਾਤਨ ਕਰ ਲਈ ਉਹਦੇ ਚ ਆਲਰੇਡੀ ਮੈਡੀਸਨਲ ਕੰਟੈਂਟ ਹੈ ਰਾਈਟ ਹੁਣ ਉਹ ਜਿਹੜੀ ਨਿੰਮ ਦੀ ਦਾਤਨ ਕਿੱਕਰ ਦੀ ਦਾਤਨ ਜਿਹੜੇ ਉਹਦੇ ਵਿੱਚ ਕੈਮੀਕਲਸ ਨੇ ਇਟ ਵਾਸ ਆਲਰੇਡੀ ਹੈਲਪਿੰਗ ਸਾਡੋ ਐਂਟੀਬਾਇਓਟਿਕ ਦਾ ਕੰਮ ਕਰਦੇ ਸੀ ਕਲੀਨ ਕਰਦੇ ਸੀਗੇ ਰਾਈਟ ਹੁਣ ਜਿਹੜਾ ਆਪਾਂ ਟੁੱਥ ਪੇਸਟ ਯੂਜ਼ ਕਰਦੇ ਆ ਉਹਦੇ ਵਿੱਚ ਵੀ ਜਿਹੜਾ ਕਹ ਲਓ ਤੁਸੀਂ ਵੀ ਜਿਹੜੇ ਉਹ ਚ ਪ੍ਰੋਡਕਟਸ ਹੁੰਦੇ ਨੇ ਫਲੋਰਾਈਡ ਰਿਲੀਜ਼ ਹੁੰਦਾ ਹੈਗਾ ਐਂਟੀ ਕੈਰੀਅਸ ਹੈਗਾ ਰਾਈਟ ਇਹ ਚੀਜ਼ ਜਿਹੜੀਆਂ ਨੇ ਹੈਲਪ ਤੇ ਕਰਦੀਆਂ ਨੇ ਮੀਨ ਹੈਗਾ ਤੁਹਾਡਾ ਜਿਹੜਾ ਪਲੈਕ ਹੈ ਜਿਹੜਾ ਫੂਡ ਕੰਜ਼ੂਮ ਕਰਦੇ ਆ ਤੁਸੀਂ ਉਹ ਜਿਆਦਾ ਚਿਰ ਤੁਹਾਡੇ ਦੰਦ ਨਾਲ ਨਾ ਲੱਗਾ ਰਹੇ ਜਾ ਬੁੱਟਾਂ ਦੇ ਨਾਲ ਤੁਹਾਡੇ ਗਮਸ ਤੇ ਨਾਲ ਨਾ ਲੱਗਾ ਰਹੇ ਜਿੰਨਾ ਚਿਰ ਉਹ ਲੱਗਾ ਰਹੇਗਾ ਉਹ ਉੱਥੇ ਬੈਕਟੀਰੀਆ ਪੈਦਾ ਕਰੇਗਾ ਕਰੇਗਾ ਜਦੋਂ ਬੈਕਟੀਰੀਆ ਪੈਦਾ ਹੋਣਗੇ ਉਹ ਡੈਫੀਨਿਟਲੀ ਡੈਮੇਜ ਕਰਨਗੇ ਕੈਵਿਟੀ ਵੀ ਬਣेंगी ਗਮਸ ਦੇ ਵਿੱਚ ਸਵੇਲਿੰਗ ਵੀ ਆਏਗੀ ਤੁਹਾਡੇ ਬਲੀਡਿੰਗ ਵੀ ਹੋਏਗੀ ਬਾਡ ਬ੍ਰੈਥ ਵੀ ਹੋਏਗਾ ਸਰੀ ਨਿਊਟਰ ਰੋਟਰੀ ਕਲੱਬ ਵੱਲੋਂ ਤਕਰੀਬਨ 8 ਸਾਲ ਪਹਿਲਾਂ ਪਾਈਚਾਰੇ ਨੂੰ ਆਲ ਕੈਂਸਰ ਬਾਰੇ ਜਾਗਰੂਕ ਕਰਾਉਣ ਲਈ ਇੱਕ ਮੁਫਤ ਸਕਰੀਨਿੰਗ ਕਰਾਉਣ ਦਾ ਉਪਰਾਲਾ ਕੀਤਾ ਗਿਆ ਸੀ ਅਤੇ ਹਰ ਸਾਲ ਦਰਜਨਾ ਹੀ ਲੋਕ ਹੁਣ ਇਸ ਦਾ ਹਿੱਸਾ ਬਣਦੇ ਹਨ ਜਿੱਥੇ ਪੋਲੀਓ ਨੂੰ ਖਤਮ ਕਰਨ ਦਾ ਸਿਹਰੇ ਰੋਟਰੀ ਦੇ ਸਿਰ ਵੱਜਦਾ ਹੈ ਉਹ ਉਥੇ ਓਰਲ ਕੈਂਸਰ ਸਕ੍ਰੀਨਿੰਗ ਜਿਹੜੀ ਹੈ ਉਹ ਵੀ ਇੱਕ ਵਧੀਆ ਤਰੀਕਾ ਸੀ ਕਮਿਊਨਿਟੀ ਨੂੰ ਨਾਲ ਇਨਵੋਲ ਕਰਨ ਦੇ ਵਿੱਚ 250 ਤੋਂ 300 ਦੀ ਰਜਿਸਟ੍ਰੇਸ਼ਨ ਹਮੇਸ਼ਾ ਹੀ ਹੁੰਦੀ ਹੈ ਔਰ ਸੈਡਲੀ ਕਹਿ ਸਕਦੇ ਹਾਂ 20 ਤੋਂ 25 ਕੇਸ ਜਿਹਾ ਹੁੰਦੇ ਨੇ ਜਿਹੜੇ ਮਿਲ ਜਾਂਦੇ ਨੇ ਹਰ ਵਾਰ ਕੋਈ ਨਾ ਕੋਈ ਸਿੰਪਟਮ ਕੋਈ ਨਾ ਕੋਈ ਸ਼ੁਰੂਆਤ ਕਿਸੇ ਤਰ੍ਹਾਂ ਦੀ ਲੱਭ ਜਾਂਦੀ ਹੈ ਵਿਚ ਇਜ਼ ਸੈਡ ਆਲਸੋ ਬਟ ਏ ਦ ਸੇਮ ਟਾਈਮ ਇਸ ਗੱਲ ਤੋਂ ਅਸੀਂ ਥੋੜਾ ਆਪਣੇ ਆਪ ਨੂੰ ਖੋਸ਼ ਵੀ ਕਹਿ ਸਕਦੇ ਆ ਕਿ ਅਸੀਂ ਮਦਦ ਕੀਤੀ ਉਹਨਾਂ ਦੀ ਕਿ ਸਕਰੀਨਿੰਗ ਹੋ ਸਕੇ ਕਿਉਂਕਿ ਆਪਾਂ ਥੋੜੀ ਅਣਗਹਿਲੀ ਕਰ ਜਾਂਦੇ ਜਿੱਥੇ ਦੰਦਾਂ ਦੀ ਗੱਲ ਆਉਂਦੀ ਤੇ ਵਿੱਚ ਕਈ ਵਾਰੀ ਟਿਸ਼ੂ ਬਿਲਕੁਲ ਨਾਰਮਲ ਲੱਗ ਰਿਹਾ ਉਪਰ ਪਰ ਜਦੋਂ ਅਸੀਂ ਵੈਲੋਸਕੋਪ ਨਾਲ ਦੇਖਦੇ ਇੱਕ ਮਸ਼ੀਨ ਨਾਲ ਸਾਡੇ ਜਿਹਦੇ ਨਾਲ ਤੁਸੀਂ ਅੰਡਰ ਲਾਈਨ ਟਿਸ਼ੂ ਦੇ ਵਿੱਚ ਦੇਖ ਸਕਦੇ ਆ ਉਹਦੇ ਸਾਨੂੰ ਪਤਾ ਲੱਗ ਜਾਂਦਾ ਕਿ ਅਬਨਾਰਮਲ ਸੈਲਸ ਨੇ ਇੱਥੇ ਉਹਦੀ ਫੇਰ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਫੇਰ ਜਾ ਕੇ ਕੈਂਸਰ ਡਾਇਗਨੋਸ ਹੁੰਦਾ ਇਟਸ ਨੋਟ ਈਜ਼ੀ ਟੂ ਡਾਇਗਨੋਸ ਕੈਂਸਰ ਇਨੋ ਫਸਟ ਵਿਜ਼ਿਟ ਪਰ ਇ ਪੀਸ ਆਫ ਮਾਈਂਡ ਆ ਕਿ ਤੁਸੀਂ ਸਕ ਰੈਗੂਲਰ ਵਿਜ਼ਿਟਸ ਤੇ ਜਾ ਕੇ ਆਪਣੇ ਡਾਕਟਰ ਦੇ ਨਾਲ ਆਪਣੇ ਡੈਂਟਿਸਟ ਨਾਲ ਜੋ ਚੈੱਕਅਪ ਕਰਦੇ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਸਾਡੀ ਤੁਸੀਂ ਸਾਰੇ ਟਿਸ਼ੂ ਵੀ ਚੈੱਕ ਕਰੋ ਸਾਨੂੰ ਕੈਂਸਰ ਦੀ ਬਿਮਾਰੀ ਨਹੀਂ ਹੈ ਮਹਰ ਸਮਝਦੇ ਹਨ ਕਿ ਦੰਦਾਂ ਦਾ ਇਲਾਜ ਮਹਿੰਗਾ ਹੋਣ ਕਾਰਨ ਵੀ ਲੋਕ ਇਸ ਨੂੰ ਅਣਗੌਲਦੇ ਹਨ ਸੋ ਆਉਂਦੇ ਐਤਵਨੂ ਯੂਬੀਸੀ ਦੇ ਮਹਾਂ ਡਾਕਟਰਾਂ ਦੀ ਇੱਕ ਟੀਮ ਸਰੀ ਨਿਊਟਨ ਰੋਟਰੀ ਕਲੱਬ ਨਾਲ ਰਲ ਕੇ ਸੌ ਸਰੀ ਵਿੱਚ ਇੱਕ ਮੁਫਤ ਔਰਲ ਸਕ੍ਰੀਨਿੰਗ ਕਰਵਾਉਣ ਜਾ ਰਹੀ ਹੈ ਜਿਸ ਲਈ ਤੁਹਾਨੂੰ ਰਜਿਸਟਰ ਪਹਿਲਾਂ ਹੋਣਾ ਪਵੇਗਾ ਤੁਸੀਂ ਰਜਿਸਟਰ ਕਰਾਉਂਦੇ ਤੁਹਾਨੂੰ ਫਿਰ ਟਾਈਮ ਸਲੋਟ ਦੇ ਦੇਣਗੇ ਅਦਰਵਾਈਜ਼ ਜੇ ਰਜਿਸਟ੍ਰੇਸ਼ਨ ਨਾ ਹੋਵੇ ਐਂਡ ਸਾਰੇ ਬੰਦੇ ਇੱਕੋ ਵੇਲੇ ਇੱਕੋ ਵੇਲੇ ਆ ਜਾਣ ਤਾਂ ਟੂ ਮਚ ਰਸ਼ ਹੋ ਜਾਏਗਾ ਹੈਂਡਲ ਕਰਨਾ ਸੋ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਤੁਹਾਨੂੰ ਟਾਈਮ ਸਲੋਟ ਮਿਲ ਜਾਏਗਾ ਕਿ ਤੁਸੀਂ ਐਸ 10 15 ਮਿੰਟਸ ਆਉਣਾ ਤੁਸੀਂ ਆ ਕੇ ਤੇ ਆਪਣੀ ਸਕ੍ਰੀਨਿੰਗ ਕਰਵਾ ਸਕਦੇ ਹੋ ਉਹਦੇ ਵਿੱਚ ਐਂਡ ਮੋਰ ਦੈਨ 200 ਐਂਡ uh, 200 ਟੂ 300 ਪੀਪਲ ਆਲਰੇਡੀ ਰਜਿਸਟਰ ਕਰ ਚੁੱਕੇ ਆ ਸੋ ਵੀ ਆਰ ਲੁਕਿੰਗ ਮੋਰ ਕਿ ਹੋਰ ਕਿੰਨੇ ਆਉਂਦੇ ਆ ਨਿਰਸੰਦੇ ਉਕਤ ਉਪਰਾਲਾ ਸ਼ਲਾਗਾਜੋਗ ਹੈ ਜਿਸ ਦਾ ਹਿੱਸਾ ਬਣ ਕੇ ਤੁਸੀਂ ਕਿਸੇ ਵੱਡੀ ਸੰਭਾਵੀ ਬਿਮਾਰੀ ਤੋਂ ਵੀ ਬਚ ਸਕਦੇ ਹੋ ਕਪਤਕਾਲੂ ਆਮਨੀ ਨਿਊਜ਼ ਸਰੀ